ਮੇਰੇ ਪਿਆਰੇ ਕੁੱਤੇ ਕਿੱਥੇ ਚਲਾ ਗਿਆ ਤੂੰ ਕੁੱਤੇ ਮੇਰੇ ਪਿਆਰੇ ਕੁੱਤੇ ਕੁੱਤੇ ਮੇਰੇ ਪਿਆਰੇ ਕੁੱਤੇ ਬੜੀ ਪਿਆਰੀ ਵਾਸੀ ਮੇਰੇ ਕੁੱਤੇ ਜੀ ਬਹੂ 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 ਕੀ ਗੱਲ ਹੋ ਗਈ ਕੀ ਹੋਇਆ ਤੈਨੂੰ ਮੇਰਾ ਨਾ ਜੀ ਕੁੱਤਾ ਓਏ ਚਿਹਰਾ ਲੱਭਦਾ ਹੈ ਤੇਰਾ ਕੁੱਤਾ ਲੱਭ ਚੱਲੇ ਹੈ ਤੇਰਾ ਕੁੱਤਾ ਵੱਡਾ ਕੁੱਤੇ ਦਾ ਮਾਸੜ ਹਾਂ ਤਾਂ ਦੱਸ ਤੇਰੇ ਕੁੱਤੇ ਦਾ ਰੰਗ ਕਿਹੋ ਜਿਹਾ ਸੀ ਰੰਗ ਅਮੀਰਾਂ ਦੀਆਂ ਤਿਜੋਰੀਆਂ ਚ ਪਏ ਧਨ ਵਰਗਾ ਕਾਲਾ ਸਾਂ ਕਾਲਾ ਠੀਕ ਹੈ ਆ ਤਾਂ ਦੱਸ ਤੇਰੇ ਕੁੱਤੇ ਦੀ ਪੂਛ ਕਿਹੋ ਜੀ ਸੀ ਸੀ ਨਹੀਂ ਜਨਾਬ ਹੈ ਮੇਰਾ ਕੁੱਤਾ ਹੈ ਠੀਕ ਹੈ ਠੀਕ ਹੈ ਹੈ ਤੇਰਾ ਕੁੱਤਾ ਹੈ ਮੈਂ ਕਿਹੜਾ ਕਿਹਾ ਵੀ ਤੇਰਾ ਕੁੱਤਾ ਮਰ ਗਿਆ ਹੈ ਹਾਂ ਤਾਂ ਦੱਸ ਤੇਰੇ ਕੁੱਤੇ ਦੀ ਪੂਛ ਕਿਹੋ ਜੀ ਹੈ ਅੱਜ ਕੱਲ ਦੇ ਲਾਲਚੀ ਇਨਸਾਨ ਦੀ ਜਵਾਨ ਵਰਗੀ ਟੇਢੀ ਜੀ ਟੇਢੀ ਜੋ ਕਦੇ ਸਿੱਧੀ ਨਹੀਂ ਹੁੰਦੀ ਠੀਕ ਹੈ ਠੀਕ ਹੈ ਹਾਂ ਤਾਂ ਦੱਸ ਤੇਰੇ ਕੁੱਤੇ ਦੀ ਜੱਤ ਦੀ ਲੰਬਾਈ ਕੀ ਸੀ ਨਾ ਮਤਲਬ ਲੰਬਾਈ ਕੀ ਹੈ ਨਾ ਤੁਸੀਂ ਮੇਰਾ ਕੁੱਤਾ ਫੀਤਾ ਲੈ ਕੇ ਲੱਭਣਾ ਮੈਨੂੰ ਤਾਂ ਇਹ ਕੋਈ ਪਾਗਲ ਲੱਗਦਾ ਸੇਵਾ ਰਾਮ ਕਿਆ ਕੰਮ ਪਤਾ ਕਰੋ ਇਹ ਚੱਕਰ ਕੀ ਹੈ ਮੇਰਾ ਨਾ ਜੀ ਕੁੱਤਾ ਉਹ ਤੂੰ ਚੁੱਪ ਕਰ ਓਏ ਚੱਕਰ ਤੁਹਾਨੂੰ ਮੈਂ ਦੱਸ ਜਨਾਬ ਦਰਅਸਲ ਇਸ ਪਾਗਲ ਆਦਮੀ ਦਾ ਕੁੱਤਾ ਗਵਾਚ ਗਿਆ ਤੇ ਆਪਾਂ FIR ਦਰਜ ਕਰ ਲਵਾਂਗੇ ਫਿਰ ਹੌਲੀ ਹੌਲੀ ਇਸਦਾ ਕੁੱਤਾ ਮਤਲਬ ਛੇਤੀ ਛੇਤੀ ਇਸਦਾ ਕੁੱਤਾ ਲੱਭ ਦੇਵਾਂਗੇ FIR FIR ਅੱਛਾ ਅੱਛਾ FIR ਜਨਾਬ ਇਸ ਆਦਮੀ ਦਾ ਕੁੱਤਾ ਗਵਾਚ ਗਿਆ ਤੇ ਕੁੱਤਾ ਗਵਾਚਣਾ ਬਹੁਤ ਵੱਡਾ ਜਨਤਕ ਮਸਲਾ ਹੁੰਦਾ ਹੈ ਤੇ ਜਨਤਕ ਮਸਲੇ ਦਾ ਰਾਜਨੀਤਿਕ ਮਸਲਾ ਬਣਨ ਦੀ ਸੁਭਾਵਿਕ ਜੀ ਗੱਲ ਹੈ ਤੇ ਇੱਕ ਵਾਰ ਇਸ ਆਦਮੀ ਦਾ ਕੁੱਤਾ ਲੱਭ ਲਿਓ ਤੇ ਜਨਤਾ ਤੁਹਾਡੀ ਦੀਵਾਨੀ ਹੋ ਜਾਵੇਗੀ ਤੇ ਜਨਤਾ ਕਿਹੜੀ ਇੰਨੀ ਵੱਡੀ ਮਹਾਨ ਸ਼ਖਸੀਅਤ ਇੱਕ ਕੁੱਤੇ ਨੂੰ ਲੱਭਣ ਲਈ ਇੰਨੀ ਤਵੱਜੋ ਦੇ ਰਹੀ ਆ ਤੇ ਇੱਕ ਵਾਰ ਇਸ ਆਦਮੀ ਦਾ ਕੁੱਤਾ ਲੱਭ ਲਿਓ ਤੇ ਜਨਤਾ ਦੇ ਦਿਲ ਉੱਡ ਲਓ ਜਨਤਾ ਦੇ ਦਿਲ ਜਨਤਾ ਦੇ ਦਿਲ ਲੈ ਕੇ ਪੁੱਤਰ ਗਏ ਹੋ ਬੇਸਾਂ ਨੂੰ ਤੁਰ ਗਏ ਹੋ ਮੇਰਾ ਦਿਲ ਮੇਰਾ ਦਿਲ ਮੇਰਾ ਦਿਲ ਮੇਰਾ ਦਿਲ ਮੇਰਾ ਦਿਲ ਜਨਤਾ ਸਾਹਿਬ ਆਦਰ ਖੋਡੇ ਹੀ ਦੇ ਬਿਲਕੁਲ ਠੀਕ ਅੱਖੀ ਵੜਦੀ ਸੀ ਮਾਰਾ ਨਾ ਤੇਰੇ ਹੱਥ ਲਿਆ ਓਏ ਅੱਖ ਕਿਵੇਂ ਨਿਕਲ ਜੂ ਜੀ ਜਨਾਬ ਕੋਈ ਕਸਰ ਹੀ ਨਹੀਂ ਛੱਡੀ ਜੇ ਅੱਖ ਇੱਥੇ ਹੁੰਦੀ ਨਿਕਲ ਹੀ ਜਾਣੀ ਸੀ ਨਾ ਸਾਡੇ ਇਲਾਕੇ ਦੇ ਆਦਮੀ ਦਾ ਕੁੱਤਾ ਗਵਾ ਜਾਵੇ ਅਸੀਂ ਹੱਤਿਆ ਕਰਕੇ ਬੈਠੇ ਰਹੀਏ ਜੋ ਲੱਭਣਾ ਸਾਡਾ ਇਖਲਾਕੀ ਫਰਜ਼ ਹੈ ਪੱਪੜੇ ਥਾਣੇਦਾਰ ਚੱਲ ਜੋ ਵੀ ਹੈ ਇਸ ਇਲਾਕੇ ਦੀਆਂ ਹੱਦਾਂ ਸਰਹੱਦਾਂ ਜਨਾਬ ਸਰਹੱਦਾਂ ਰਣਵ ਹੱਦਾਂ ਸੀਲ ਕਰ ਦਿਓ ਤਾਂ ਕਿ ਕੁੱਤਾ ਹੱਦ ਚੋਂ ਬਾਹਰ ਨਾ ਜਾ ਸਕੇ ਨਹੀਂ ਜੀ ਮੇਰਾ ਕੁੱਤਾ ਹਮੇਸ਼ਾ ਆਪਣੀ ਹੱਦ ਅੰਦਰ ਰਹਿੰਦਾ ਹੈ ਜੀ ਤਾਂ ਠੀਕ ਹੈ ਪਰ ਇਹ ਵੀ ਹੋ ਸਕਦਾ ਹੈ ਗਵਾਂਢੀ ਮੁਲਕ ਦਾ ਕੋਈ ਆਦਮੀ ਇਸ ਨੂੰ ਰੋਟੀ ਦਾ ਟੁਕੜਾ ਦੇ ਕੇ ਆਪਣੇ ਨਾਲ ਲੈ ਜਾਵੇ ਨਹੀਂ ਜੀ ਮੇਰਾ ਕੁੱਤਾ ਚੰਦ ਰੋਟੀ ਦੇ ਟੁਕੜੇ ਖਾਦਣਾ ਪਈ ਪਾਰਟੀ ਨਹੀਂ ਬਦਲਦਾ ਜੀ ਚਲੋ ਇਸ ਵਾਰ ਇਹ ਗੱਲ ਤਾਂ ਫੈਲਣ ਰਹੀ ਕਿ ਅਸੀਂ ਕੁੱਤੇ ਦਾ ਮੁੱਦਾ ਲੈ ਕੇ ਚੋਣਾਂ ਲੜਾਂਗੇ ਤੇ ਭਾਰੀ ਵੋਟਾਂ ਦੀ ਜਿੱਤ ਪ੍ਰਾਪਤ ਕਰਾਂਗੇ ਤੇ ਜਨਤਾ ਕਹੇਗੀ ਨੇਤਾ ਜੀ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਮੈਂ ਕਹਿ ਤਹਿਲ ਸਿੰਘ ਜੀ ਅਸੀਂ ਇਸ ਕੁੱਤੇ ਘਟਾਲੇ ਬਾਰੇ ਕੁਝ ਨਹੀਂ ਜਾਣਦੇ ਪਰ ਸਿਰ ਇੰਨਾ ਜਾਣਦੇ ਆ ਕਿ ਇਸ ਉੱਤੇ ਸਾਡਾ ਹੱਕ ਬਣਦਾ ਤੇ ਇਹ ਹੱਕ ਅਸੀਂ ਲੈ ਕੇ ਰਹਾਂਗੇ ਪਰ ਜਨਾਬ ਇੱਥੇ ਕੋਈ ਕੁੱਤਾ ਲੈਣ ਦੇਣ ਦੀ ਗੱਲ ਨਹੀਂ ਹੋ ਰਹੀ ਦਰਅਸਲ ਇਸ ਪਾਗਲਾ ਜੀ ਦਾ ਕੁੱਤਾ ਵੱਗ ਗਏ ਤੇ ਇਹ ਨੇਤਾ ਜੀ ਲੱਭਣ ਦੀ ਗੱਲ ਕਰ ਰਹੇ ਹਨ ਨਾ ਜੇ ਕੁੱਤਾ ਗਵਾ ਗਿਆ ਮੈਂ ਕੁੱਤਾ ਅਸੀਂ ਲੱਭਾਂਗੇ ਮੈਂ ਇਹ ਕੌਣ ਹੁੰਦਾ ਕੁੱਤਾ ਲੱਭਣ ਵਾਲੇ ਤੁਸੀਂ ਕੁੱਤੇ ਦੇ ਫੁੱਫੜ ਲੱਗਦੇ ਹੋ ਨਾ ਜੀ ਨਾ ਕੁੱਤਾ ਤਾਂ ਤੁਹਾਡੀ ਰਿਸ਼ਤੇਦਾਰੀ ਵਿੱਚੋਂ ਹੈ ਗੱਲ ਇੱਥੇ ਰਿਸ਼ਤੇਦਾਰੀ ਦੀ ਨਹੀਂ ਹੁੰਦੀ ਹੋਰ ਕਾਹਦੀ ਹੁੰਦੀ ਹੈ ਤੇ ਨਾਲ ਤਾਂ ਸਾਡਾ ਵੀ ਬੜਾ ਪਿਆਰ ਸੀ ਆਹੋ ਤੁਸੀਂ ਤਾਂ ਬਚਪਨ ਵਿੱਚ ਕੁੱਤੇ ਨਾਲ ਗੁੱਲੀ ਡੰਡਾ ਖੇਡਦੇ ਰਹੇ ਹੋ ਸਿਵਾਰਾ ਟੀਵੀ ਅਖਬਾਰ ਵਿੱਚ ਖਬਰ ਦੇ ਦਿਓ ਸਾਡੀ ਪਾਰਟੀ ਕੁੱਤੇ ਨੂੰ ਲੱਭਣ ਵਿੱਚ ਜੁਟ ਗਈ ਹੈ ਟੈਂਕਾ ਟਹਿਲ ਸਿੰਘ ਜੀ ਅਖਬਾਰਾਂ ਵਿੱਚ ਲਪਿਸਟਿਕਾਂ ਮੇਰਾ ਮਤਲਬ ਸੁਰਖੀਆਂ ਲਾ ਦਿਓ ਕਿ ਅਸੀਂ ਕੁੱਤੇ ਦੇ ਨਜ਼ਦੀਕ ਪਹੁੰਚ ਚੁੱਕੇ ਹਾਂ ਅਖਬਾਰ ਲਾ ਦਿਓ
ਸਾਡੀ ਪਾਰਟੀ ਨੂੰ ਕੁੱਤੇ ਦੇ ਸਰਾਰ ਮਿਲ ਚੁੱਕੇ ਹਨ। ਪ੍ਰੈਸ ਦੇ ਵਿੱਚ ਬਿਆਨ ਦੇ ਦਿਓ ਕਿ ਅਸੀਂ ਕੁੱਤਾ ਲੱਭ ਲਿਆ ਹੈ। PIG ਓਏ PIG ਨਹੀਂ ਮੂਰਖਾ, DIG ਜੋ ਵੀ ਹੈ ਮਗਰੋਂ ਲੈ। ਮਗਰੋਂ ਕਿੱਥੋਂ ਲਹਾਂ, ਮੈਂ ਤਾਂ ਤੇਰੇ ਅੱਗੇ ਆ। ਅੱਗੋ ਲੈ ਸੇਵਾ ਰਾਮ, ਪ੍ਰੈਸ ਕਾਨਫਰੰਸ ਬੁਲਾਓ ਤੇ ਬਿਆਨ ਦਿਓ ਕਿ ਕੁੱਤਾ ਸਾਡੀ ਮੁੱਠੀ ਵਿੱਚ ਹੈ। ਜਨਾਬ ਮੁੱਠੀ ਨਾ ਬੰਦ ਕਰ ਲਓ। ਠੀਕ ਹੈ, ਹੁਣ ਤਾਂ ਬੋਲਦੇ ਬੋਲਦੇ ਮੇਰਾ ਗਲਾ ਹੀ ਬੈਠ ਗਿਆ, ਜਲਦੀ ਜਾਓ। ਪਰ ਜਨਾਬ ਉੱਥੇ TV ਅਖਬਾਰਾਂ ਪ੍ਰੈਸ ਵਾਲੇ ਆਉਣਗੇ, ਜੇ ਕੁੱਤੇ ਦੇ ਮਾਲਕ ਨੇ ਸੱਚ ਦੱਸਤਾ ਤਾਂ ਸਾਡਾ ਕੀ ਬਣੂ। ਠੀਕ ਹੈ, ਕੁੱਤੇ ਦੇ ਮਾਲਕ ਤੇ ਕੇਸ ਪਾ ਦਿਓ। ਪਰ ਜਨਾਬ ਕੇਸ ਪਾਵਾਂਗੇ ਕਿਹੜਾ, ਇੰਨਾ ਮੂਰਖਾ ਨਹੀਂ ਹੈ ਪੁੱਛਣ ਵਾਲਾ ਹੋਵੇ, ਅੱਗੇ ਸਾਥੋਂ ਪੁੱਛ ਕੇ ਕੇਸ ਬਣਿਆ। ਜਨਾਬ ਮਰਜ਼ੀ ਪਾ ਦਿਓ, ਆਪਦਾ ਪਾ ਦਿਓ, ਪੂਰਾ ਪਾ ਦਿਓ, ਜਾਂ ਪਾ ਦਿਓ ਕਿ ਮੇਰਾ ਪਾ ਦਿਓ। ਭਾਈ ਇਹ ਕੀ ਹੋ ਰਿਹਾ, ਯਾਨੀ ਖਾਣੇ ਕੇ ਟੱਚ ਬਦਲ ਪੰਜ ਸਾਲ ਜਮਾਨਤ ਨਹੀਂ ਹੁੰਦੀ, ਅੱਜ ਕੱਲ ਹੋਣ ਲੱਗ ਪਈ ਹੈ, ਐਵੇਂ ਕਿਵੇਂ ਹੋਣ ਲੱਗ ਪਈ ਹੈ। ਇਹ ਕੀ ਸੰਜੇ ਦੱਤਾ ਸੁਣਾ ਉਸ ਨਹੀਂ ਦੱਤਾ ਲਾਓ ਕਾਕਾ, ਹੋ ਸਕਦਾ ਕੁੱਤੇ ਦੇ ਮੂੰਹ ਵਿੱਚ ਦੰਦ ਬੰਬ ਹੋਣ। ਆਤਮ ਘਾਤੀ ਕੁੱਤਾ ਬੰਬ, ਦੰਦ ਬੰਬ, ਆਤਮ ਘਾਤੀ ਕੁੱਤਾ ਬੰਬ। ਆਹੋ ਜੇ ਪੈਨ ਬੰਬ ਹੋ ਸਕਦਾ ਹੈ, ਪੈਨਸਲ ਬੰਬ ਹੋ ਸਕਦਾ ਹੈ, ਦੰਦ ਬੰਬ ਕਿਉਂ ਨਹੀਂ ਹੋ ਸਕਦਾ। ਟਾਡਾ 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 ਵੇਖ ਲਾ ਪੁਲਿਸ, ਕੱਲ ਨੂੰ ਤਾਂ ਸਾਰੇ ਦੇਸ਼ ਵਿੱਚ ਸਾਡੇ ਹੀ ਰਾਜ ਹੋਣਾ। ਕੱਲ ਨੂੰ ਹੋਣਾ, ਅੱਜ ਤਾਂ ਸਾਡੇ ਹੀ ਰਾਜ ਹੈ। ਖੱਖਾ ਖਹਿ ਸਿੰਘ ਜੀ, ਓਹੋ ਕੈਂਕਾ ਟਹਿਲ ਸਿੰਘ ਜੀ, ਕਿੰਨਾ ਅਜੀਬ ਨਾਂ ਤੁਹਾਡਾ। ਬੰਦਾ ਪੁੱਛੇ ਜਿੰਨੇ ਦਲ ਬਦਲਦੇ ਹੋ, ਕਦੇ ਆਪਣਾ ਨਾਂ ਬਦਲ ਕੇ ਵੇਖ ਲਓ। ਸਾਡਾ ਨਾਂ ਵੇਖੋ ਕਿੰਨਾ ਖੂਬਸੂਰਤ ਹੈ, ਘੁੰਮਣ ਸਿੰਘ ਭੂਮੀ ਕੁੱਤਾ। ਕੈਂਕਾ ਟਹਿਲ ਸਿੰਘ ਜੀ, ਸਾਡੇ ਦਲ ਵਰਗੇ ਜਿੰਨੇ 10-20-30 ਦਲ ਨੇ, ਸਭ ਨੂੰ ਅਪੀਲ ਕਰੋ ਕਿ ਅਸੀਂ ਸਾਰੇ ਇੱਕ ਮੁਹਾਜ ਥੱਲੇ ਇਕੱਠੇ ਹੋਵਾਂਗੇ, ਭਾਵੇਂ 2 ਮਿੰਟ ਲਈ ਹੋਈਏ, ਪਿੱਛੋਂ ਤਾਂ ਲੜਨੀ ਹੈ, ਤਾਂ ਕਿ ਅਸੀਂ ਸਾਰੇ ਮਿਲ ਕੇ ਕੁੱਤੇ ਨੂੰ ਲੱਭ ਸਕੀਏ। ਸੇਵਾ ਰਾਮ, ਸਾਡੀ ਰੱਥ ਯਾਤਰਾ ਕੱਢਣ ਦੀ ਤਿਆਰੀ ਕਰੋ ਤੇ ਰਸਤੇ ਵਿੱਚ ਆਉਣ ਵਾਲੀ ਹਰ ਰੁਕਾਵਟ ਨੂੰ ਤਬਾਹ ਕਰ ਦਿਓ। ਜੇ ਜਨਾਬ ਰਸਤੇ ਵਿੱਚ ਕਿਸੇ ਗਰੀਬ ਦਾ ਘਰ ਹੋ ਜਾਂਦਾ। ਕਿੰਨਾ ਮੂਰਖਾ ਦੀ ਹੈ, ਰਾਜਨੀਤੀ ਦੇ ਮਸਲਿਆਂ ਵਿੱਚ ਤਾਂ ਵੱਡੇ ਵੱਡੇ ਮੰਦਰ ਮਸਜਿਦਾਂ ਢਹਿ ਜਾਂਦੇ ਨੇ, ਸੇ ਗਰੀਬ ਦਾ ਘਰ ਬੜੀ ਛੋਟੀ ਜੀ ਗੱਲ ਹੈ। ਢਾ ਦਿਓ, ਪਰ ਕੁੱਤਾ ਲੱਭੋ, ਕੁੱਤਾ ਕੁੱਤਾ ਅਸੀਂ ਲੱਭਾਂਗੇ, ਕੁੱਤਾ ਅਸੀਂ ਲੱਭਾਂਗੇ। ਸੇਵਾ ਰਾਮ ਬੱਟੇ ਤਹਿਲ ਸਿੰਘ ਖੁਲਾ। ਜਨਾਬ ਆ ਇੱਕ ਚਿੱਠੀ ਜੀ ਲੱਭੀ ਹੈ, ਮੈਂ ਕਿਹਾ ਕੋਈ ਜ਼ਰੂਰੀ ਨਾ ਹੋਵੇ। ਹੈ ਇਹਦਾ ਮੇਰੇ ਪਿਆਰੇ ਕੁੱਤੇ ਦੀ ਲਿਖਾਈ ਹੈ। ਲਿਖਦਾ ਮੇਰੇ ਪਿਆਰੇ ਮਾਲਕ, ਮੈਂ ਜਦੋਂ ਘਰੋਂ ਬਾਹਰ ਨਿਕਲਿਆ ਦੇਖਿਆ ਕਿ ਇਨਸਾਨ ਇਨਸਾਨ ਨਾ ਰਿਹਾ, ਉਹ ਝੂਠਾ ਬੇਈਮਾਨ ਖੁਦਗਰਜ ਅਤੇ ਲਾਲਚੀ ਹੋ ਗਿਆ ਹੈ, ਦੂਜਿਆਂ ਦੇ ਹੱਕ ਖੋਣਾ ਅਤੇ ਉਹਨਾਂ ਨੂੰ ਬੇਇੱਜ਼ਤ ਕਰਨ ਲੱਗ ਪਿਆ ਹੈ। ਉਸਨੇ ਸਾਡੇ ਵਾਲੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਕਰਕੇ ਸਾਡੀ ਇਸ ਦੁਨੀਆ ਤੇ ਕੋਈ ਲੋੜ ਨਹੀਂ। ਇਸ ਕਰਕੇ ਮੈਂ ਆਤਮ ਹੱਤਿਆ ਕਰਨ ਜਾਂਦਾ ਹਾਂ। ਆਤਮ ਹੱਤਿਆ ਕੁੱਤੇ, ਮੇਰੇ ਪਿਆਰੇ ਕੁੱਤੇ। ਤਾਜੀ ਅਸੀਂ ਇਸ ਖੁਸ਼ੀ ਵਿੱਚ ਪਾਰਟੀ ਰੱਖੀ ਹੈ, ਤੁਸੀਂ ਜ਼ਰੂਰ ਆਉਣਾ। ਸ਼ਰਾਬਾਂ ਦਾ ਦੌਰ ਚੱਲੂਗਾ, ਮੁਰਗੇ ਉੱਡਣ ਗਏ, ਫਿਰ ਮੁਰਗੇ ਸਾਡੀ ਤਾਂ ਪੋਟਣ ਗਏ। ਠੀਕ ਹੈ, ਟਾਈਗਰ ਟਹਿਲ ਸਿੰਘ ਜੀ ਤੁਸੀਂ ਵੀ ਆਉਣਾ। ਕੈਂਕਾ ਟਹਿਲ ਸਿੰਘ, ਕਿੰਨਾ ਪਿਆਰਾ ਨਾਂ ਤੁਹਾਡਾ, ਕੈਂਕਾ ਟਹਿਲ ਸਿੰਘ, ਕੈਂਕਾ ਟਹਿਲ ਸਿੰਘ। ਸ਼ਰਾਬਾ ਮੁਰਗੇ ਅਸੀਂ ਇਹ ਵੀ ਭੋਗੀ ਹਵਾ ਖਾਣ ਨੂੰ ਤੇ ਡੰਡਾ ਵਜਾਉਣ ਨੂੰ। ਮੈਂ ਵੀ ਸ਼ਰਾਬਾ।